ਧਰਤੀ ਦੇ ਬਰਾੜ ਬਾਈ ਦੇ ਵਿਆਹ ਤੇ ਤੇ ਉਹ ਟ੍ਰਿਟ ਦਾ ਸਟੈਂਡਰਡ ਦੀਆਂ ਟੂਬਾਂ ਡਿੱਗ ਗਏ। ਕੀ ਹਾਲ ਨੇ ਬਾਈ ਜੀ? ਸਤਿ ਸ੍ਰੀ ਅਕਾਲ ਬਾਈ। ਦੋ ਵਾਰੀ ਬਾਈ ਜੀ ਇਹਦੀਆਂ ਟੂਬਾਂ ਫਿੱਟ ਕਰਾਉਣੀਆਂ ਸੀ ਵੀ ਚਾਨਣ ਦਾ ਔਖਾ ਸਰਹੰਦ ਵਾਲੇ ਦੀਆਂ ਕਰਾਈਆਂ ਨੀ। ਟ੍ਰਿਟ ਇੱਥੇ ਹੀ ਖੜਾ ਸੀ ਤੇ ਆਪਣੇ ਵਾਲਾ ਘਰੇ ਖੜਾ। ਅੱਜ ਸੁਬਹ ਆ ਗਏ ਸੀ ਆਪਾਂ ਤੜਕੇ। ਕੀ ਹਾਲ ਨੇ ਬਾਈ ਜੀ? ਟਿੰਡਸੇ ਬਾਈ ਹਾਂਜੀ ਸਰ ਬੋਲੋ। ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ। ਦੋ ਵਾਰੀ ਜੀ ਤੇ ਮੈਂ ਸੋਚਿਆ ਚੱਲ ਮੈਂ ਕਿਹਾ ਬਲੌਗ ਸਟਾਰਟ ਕਰ ਲਈਏ। ਪਿੰਡੋਂ ਮੈਂ ਸੁਬਹ ਆ ਗਿਆ ਸੀ ਅੱਜ ਟਰੈਕਟਰ ਲੈ ਕੇ ਤੇ ਕਾਹਲੀ ਸੀ ਉੱਥੋਂ ਬਲੌਗ ਸਟਾਰਟ ਨਹੀਂ ਹੋਇਆ ਤਾਂ ਕਰਕੇ ਮੈਂ ਕਿਹਾ ਚੱਲ ਹੁਣ ਸਟਾਰਟ ਕਰਦੇ ਹਾਂ। ਕੀ ਚਾਹੀਦਾ ਬਾਬਾ ਤੈਨੂੰ? ਤੇ ਹੁਣ ਘਰੇ ਚੱਲ ਕੇ ਦਿਖਾਉਣੇ ਆ ਸੋਨਾ ਲਿੱਕਾ 45 ਦੀ ਸੋਨਾ ਲਿੱਕੀ। ਤੇ ਅੱਜ ਤਾਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਮੈਨੂੰ ਕਾਹਲੀ ਸੀ ਘਰੋਂ ਸਟਾਰਟ ਹੋਣਾ ਭੁੱਲ ਗਿਆ ਬਲੌਗ ਹੁਣੀ ਆਏ ਸੀ ਆਪਾਂ ਤੇ ਅੱਜ ਦੁਬਾਰਾ ਰੋਟੀ ਰੋਟੀ ਖਾ ਕੇ ਬਸ ਸਟੈਂਡਰਡ ਦੀਆਂ ਲਾਈਟਾਂ ਫਿੱਟ ਕਰਾਉਣ ਆ ਗਏ ਤੇ ਕੋਨਿਆਂ ਨਹੀਂ ਫਿਰਦੇ ਸੀ ਆਪਾਂ ਬਸ ਹੁਣ ਦਿਖਾਉਣੇ ਪਿੰਡ ਚੱਲ ਕੇ। ਬਰਾੜ ਦਾ ਵਿਆਹ ਗਾ ਤੇ ਤੁਹਾਨੂੰ ਬਣੇ ਰਹੋ ਬਲੌਗਾਂ ਦੇ ਨਾਲ। ਹੁਣ ਦਿਖਾਵਾਂਗੇ ਸਾਰੇ ਵਿਆਹ 'ਚ ਸਾਰਾ ਵਿਆਹ ਤੁਹਾਨੂੰ ਬਲੌਗ 'ਚ ਮਿਲੂਗਾ ਹਨਾ ਟਿੰਡਸੇ? ਸਾਰਾ ਵਿਆਹ ਮਿਲੂਗਾ ਬਰਾੜ ਦਾ ਬਲੌਗ 'ਚ? ਬਸ ਠੀਕ ਆ ਓਕੇ। ਲਓ ਜੀ ਕਰਤੀਆਂ ਆਪਾਂ ਸਟੈਂਡਰਡ ਦੀਆਂ ਲਾਈਟਾਂ ਚੱਲਦੀਆਂ। ਕਰੋ ਚੈੱਕ, ਬੰਦ ਕਰਕੇ ਚਲਾਈ ਕਰੋ ਚੈੱਕ। ਓਕੇ ਲੱਗਦੇ ਆ ਲੋਕਾਂ, ਬੰਦ ਕਰਕੇ ਚਲਾਈ ਚਲਾਈ ਦੇਖੋ ਓਕੇ ਲੱਗਦਾ ਨਾ ਜਮਾ ਸਿਰਾ ਹੋ ਗਿਆ। ਕਰੋ ਚੈੱਕ, ਮਿਲਦੇ ਆ ਤੁਹਾਨੂੰ ਘਰੇ ਜਾ ਕੇ। ਹੁਣ ਜੁੜੇ ਰਹੋ ਬਲੌਗ ਦੇ ਨਾਲ। ਬਾਬੇ ਪਹੁੰਚ ਗਏ ਤੇ ਆਹ ਕਿਹੜਾ ਸੋਨਾ ਲਿੱਕਾ, ਆਹ ਕਿਹੜਾ ਸਟੈਂਡਰਡ ਆ, ਇਹ ਕਿਹੜਾ ਬਰਾੜ ਆ। ਲਓ ਜੀ ਪਹੁੰਚ ਗਏ ਘਰੇ, ਖੜ ਜਾ ਕੱਟ ਕੇ ਲਾ ਲਈਏ ਹੁਣ ਬਾਈ ਬਣ ਚ ਕਰ ਲਈਏ। ਤੁਸੀਂ ਕੁਛ ਕਹਿਣਾ ਚਾਹੋਗੇ? ਹੁਣ ਟ੍ਰੈਕਟਰ ਡੁੱਬਾ ਸੋਨੇ ਲਾ, ਐਂ ਟ੍ਰੈਕਟਰ ਟੂਬ ਨਾਲ ਭਰ ਕੇ ਗਿਆ, ਪਹਿਲਾਂ ਖਾਲੀ ਆਈ ਹੁਣ ਭਰ ਗਿਆ ਭਰ ਗਿਆ। ਬਸ ਬਾਬਾ ਹੁਣ ਭਰ ਗਿਆ ਕਹਿੰਦੇ ਟ੍ਰੈਕਟਰ ਕੱਢਦੇ ਆ ਬਾਈ ਜੀ। ਕੱਢਣ ਵਾਲੇ ਦਾ ਹੈ ਨਹੀਂ, ਮਟਰ ਤਾਂ ਹੈ ਨਹੀਂ, ਕੱਢੀਏ ਕੀ ਉਹਨਾਂ ਚ। ਲੈ ਹਾਂਜੀ ਬਾਬੇ ਟਿੰਡਸੇ ਵਰਗੇ ਇਲੈਕਟ੍ਰੀਸ਼ੀਅਨ ਦੇਖ ਲੈ। ਟਿੰਡਸੇ ਟੈਸਟ ਪੈਨ ਦਿਖਾਈ ਸਾਈਡ ਤੇ, ਟੈਸਟ ਟੈਸਟ ਪੈਨ ਦਿਖਾਈ। ਮਿਸਤਰੀ ਪੂਰਾ ਪੱਕਾ ਬਾਬਾ, ਫੀਟਿੰਗ ਫੂਟਿੰਗ ਕਰੀ ਜਾਂਦਾ ਨਾ। ਫਿਰ ਬਾਈ ਸਾਰਾ ਟੈਂਡਰ ਆਪਾਂ ਹੀ ਲਿੱਤਾ ਹੋਇਆ ਵਿਆਹ ਦਾ, ਫੀਟਿੰਗ ਕਰਨ ਦਾ। ਬਸ ਦੀਪ ਦੂਮ ਵਾਲਾ ਵੀ ਤੁਸੀਂ ਪਾ ਦਿੰਦੇ ਹੋ, ਨੰਬਰ ਬੋਲ ਦਿਓ ਤੁਹਾਡਾ। ਮੇਰਾ ਨੰਬਰ ਬਾਬਾ ਟਾਈਮ ਨਹੀਂ ਹੈ, ਚਲੋ ਪ੍ਰੋਗਰਾਮ ਬੁੱਕ ਕਰਨਾ। ਬੁੱਕ ਕਰਨਾ ਹੈਗਾ ਠੀਕ ਹੈ ਬਾਈ, ਕੋਈ ਨਹੀਂ ਕਲੱਬ ਲੈ ਨਾ ਨੰਬਰ ਇੱਕ ਵਾਰੀ ਤਾਂ ਬੋਲ, ਆਈਡੀ ਬੋਲ ਦਿਓ। ਚੱਲ ਆਈਡੀ ਬੋਲ 98760 ਜਿੱਥੇ ਆਉਂਗਾ ਪਰੇ ਗਾ ਯਾਰ ਹੌਲਾ। ਲਓ ਜੀ ਹਰਮਨ ਦਾ ਟਰੈਕਟਰ, ਥੋੜੀ ਜਿਹੀ ਪ੍ਰੋਬਲਮ ਹੋ ਗਈ ਏਜੰਸੀ ਵਾਲੇ ਆਏ ਸੀਗਾ ਬਰਾੜ ਵਾਲੇ ਟਰੈਕਟਰ ਦੀ ਸਰਵਿਸ ਵਗੈਰਾ ਕਰਨ ਤੇ ਟੂਲ ਬਦਲਣ, ਘਲੇ ਵੀ ਦਿਖਾ ਦਨੇ ਥੋੜਾ ਜਿਹਾ ਦਬਦਾ ਜਿਹਾ ਸੀਗਾ ਢੀਂਡਸੇ। ਢੱਕਣ ਢੁੱਕਣ ਜਿਹਾ ਬਰਾੜ ਬਾਈ ਕੁਛ ਕਹਿਣਾ ਚਾਹੁੰਦਾ ਬਾਈ? ਐਂ ਖਿਲਾਰ ਦਿੰਨੇ ਹੁੰਨੇ ਆ, ਖਿਲਾਰ ਦਿੰਨੇ ਹੋ ਬਾਬਾ ਤੁਸੀਂ ਜਮਾ? ਬਸ ਕੋਈ ਚੱਕਰ ਨਹੀਂ, ਪਤਾ ਲੱਗ ਜੇ ਬਰਾੜ ਕੋਲੇ ਆਏ। ਬਸ ਠੀਕ ਆ, ਪਤਾ ਲੱਗੇ ਬਰਾੜ ਦੇ ਹੱਥ ਲੱਗੇ ਨੇ। ਹੱਸੋ ਮੜਾ ਯਾਰ ਢੀਂਡਸੇ। ਦਿਖਾਉਣਾ ਫਿਰ ਮੜਾ ਜਿਹਾ ਹੋ ਜਾਂਦੇ ਪੰਪ ਦਾ ਕੰਮ, ਕਹਿੰਦਾ ਚੱਕ ਫੇਰ ਹੀ ਕਰਾਂਗੇ। ਪਹਿਲਾਂ ਨਾਲੋਂ ਤਾਂ ਬਹੁਤ ਫਰਕ ਪੈ ਗਿਆ ਪਰ ਹਜੇ ਬਾਈ ਕਹਿੰਦਾ ਹੋਰ ਕਰਾਂਗੇ। ਉਹ ਯੰਗ ਮੈਨ ਕੈਸੇ ਹੋ? ਪਹਿਲਾਂ ਨਾਲੋਂ ਬੜਾ ਫਰਕ ਪੈ ਗਿਆ। ਕੀ ਹੋ ਜੂ? ਸਿੰਗਲ ਬਦਲਣਾ ਪਊ ਬਾਬਾ, ਚੱਕਰ ਨਹੀਂ ਪੂਰੇ ਕਰਦਾ ਉਹਦੀ ਸਿਰਫ ਮਾਰ ਕੇ ਵੇ ਬਾਬਾ, ਨਾ ਟਾਇਰ ਕਿਹੋ ਜਿਹਾ ਕਹੀ। ਹੁਣ ਤਾਂ ਬਹੁਤ ਫਰਕ ਪੈ ਗਿਆ, ਉਹ ਬੈਕ ਲਿਆ ਹੁਣ ਉੱਥੋਂ। ਪਹਿਲਾਂ ਮਾਰਦਾ ਹੀ ਅੱਗੇ ਜ਼ੋਰ।
ਹੁਣ ਤਾਂ ਬੜਾ ਫਰਕ ਪੈ ਗਿਆ ਓਏ ਪਹਿਲਾਂ ਨਾਲੋਂ ਤਾਂ ਬੜਾ ਫਰਕ ਪੈ ਗਿਆ ਧੂਆਂ ਬੜਾ ਮਾਰਨ ਲੱਗ ਗਿਆ ਬਲੇਜ਼ਰ ਕਾਲੇ ਹੋਣਗੇ ਬਾਬਾ ਬਲੇਜ਼ਰ ਕਾਲੇ ਹੋਣਗੇ ਚਿੱਟੇ ਬਲੇਜ਼ਰ ਯਾਰ ਹੁਣ ਤਾਂ ਪੰਪ ਵੀ ਵੱਡਾ ਕਰਾਇਆ ਸੀ ਇਹਦਾ ਬਰਾੜਾ ਕੀ ਚੱਕਰ ਇੰਜਣ ਬਦਲ ਫਿਰ ਇੰਜਣ ਬਦਲਦਾ ਨੇ ਬਾਬਾ 6 ਸਿਲੰਡਰ ਜਦੋਂ ਧਰਿਆਗਾ 6 ਸਿਲੰਡਰ 6 ਸਿਲੰਡਰ ਐਦੂ ਛੋਟਾ ਚੱਲਦਾ ਨਹੀਂ ਯਤਰ ਵੀ ਉਤਰ ਐਚ ਵੀ ਕੰਮ ਹੀ ਨਹੀਂ ਆਉਣਾ ਆਪਣੇ ਉਹ ਛੋਟਾ ਕੰਮ ਹੀ ਨਹੀਂ ਆਪਣੇ ਵੱਡਾ ਹੀ ਕੰਮ ਕਰੂ ਮੁੱਲਾ ਦਾ 6 ਤੋਂ ਵੀ 8 ਇਹ ਤਾਂ ਹੋਰ ਹੋਊਗਾ ਇੱਧਰ ਹੋ ਜੂ ਤੁਸੀਂ ਬਾਈ ਕਰੀ ਬੈਠੋ ਨਾਲ ਬੈ ਜਾ ਕੇ ਤਾਂ ਬੈਠ ਨੂੰ ਦੂਰ ਲੈ ਜਾ ਕਿਰਨ ਓਏ ਕਰ ਲਿਆ ਚੈੱਕ ਚੁੱਕ ਹਾਂਜੀ ਬਾਬੇ ਕਰਤੇ ਤਿਆਰ ਜਮਾ ਓਕੇ ਟਿੰਡਸੇ ਰੇਤਾ ਦਿਖਾਓ ਬਰਾੜ ਬਾਈ ਕੋਲੇ ਆ ਕਿਵੇਂ ਪਰਫਾਰਮੈਂਸ ਕਿਵੇਂ ਆ ਔਨ ਟਰੈਕਟਰ ਦੀ ਮੈਂ ਪਰਫਾਰਮੈਂਸ ਕਿਵੇਂ ਆ ਮੈਂ ਵੀ ਚੈੱਕ ਕਰਕੇ ਬਰਾੜਾ ਚਾਬੀ ਦੇ ਇਹਦੀ ਬਰਾੜ ਵਾਲਾ ਟਰੈਕਟਰ ਟੈਸਟ ਡਰਾਈਵ ਲੈਣ ਗਏ ਏਜੰਸੀ ਵਾਲੇ ਬਾਈ ਸਟੈਂਡਰਡ ਦੀ ਲੈ ਲਾਈਟਾਂ ਸੜ ਦੇ ਸੀਲਿੰਗ ਸੜ ਦੇ ਬਾਬਾ ਲੋ ਜੀ ਬਾਈ ਤੇਰੇ ਤੇ ਨਜ਼ਾਰਾ ਦੇ ਬੈਠਾ ਬੈਠਾ ਬੰਦਾ ਹੀ ਸੁਣਦੇ ਨਾ ਤੇਰਾ ਲਿਖਿਆ ਕੋਈ ਨਾ ਮੇਰਨ ਮਾਰਾ ਉਹ ਦੂਜੀ ਲੱਗੂ ਤਵਾਉਣਾ ਪੂ ਤਵਾਉਣਾ ਪੂ ਡਾਕਟਰ ਸਾਰਾ ਤਵਾ ਕੇ ਲਈਏ ਹੁਣ ਉਹ ਚਾਬੀ ਆ ਸੇ ਇੱਥੇ ਲੱਗੂ ਬਰਾਦਰ ਤਵਾ ਕੇ ਲਈਏ ਨਾਲੇ ਤੁਸੀਂ ਇੰਨਾ ਚਲਾਇਆ ਇਹ ਟਰੈਕਟਰ ਤੁਹਾਨੂੰ ਸਮਝ ਕਿਉਂ ਨਹੀਂ ਆ ਰਹੀ ਕਿੰਨਾ ਤੇ ਨਹੀਂ ਅੱਜ ਬਰਾੜ ਬਾਈ ਜੀ ਕੀ ਕਹਿਣੇ ਆ ਜਮਾ ਓਕੇ ਆ ਕੇ ਹੋ ਜਾਣੀ ਅਜੇ ਤਾਂ ਓਕੇ ਏਜੰਸੀ ਚ ਜਾ ਕੇ ਹੋ ਕਰਾਂਗੇ ਸੈਟ ਇਹਨੂੰ ਵੀ ਕਰਨਗੇ ਬਰਾੜ ਉਹਨੇ ਹੱਟਦੇ ਨਹੀਂ ਗਰੁੱਪ ਕਹਿੰਦੇ ਨਾਟ ਨੋਟ ਕਸਵਾ ਲਿਆ ਹਾਰਨ ਹੋਰ ਢਿੱਲੇ ਸੀ ਨਾ ਜਮਾ ਓਕੇ ਹੋ ਗਿਆ ਹੁਣ ਜਮਾ ਓਕੇ ਹੋ ਗਿਆ ਕੰਮਣੋਂ ਹਟ ਗਿਆ ਬਸ ਤੇ ਕਾ ਵੀ ਨਾਟ ਡਿੱਗ ਪਏ ਸੀ ਇਹ ਤਾਈਓ ਉਦੋਂ ਬਲੌਗ ਬਣਾਉਣਾ ਭੁੱਲ ਗਏ ਸੀ ਨਾ ਜਾਦ ਨਹੀਂ ਰਿਹਾ ਬਾਈ ਆਪਣੇ ਕਾਲੀ ਚ ਆਏ ਸੀ ਰਾਤ ਕਰੀ ਸੱਦ ਲੈ ਗੁਰੂ ਆਪਣੇ ਹਟਦੇ ਨੀ ਕਰਨਗੇ ਕੁਛ ਗੋਨਿਆਂ ਦੀ ਧਰਤੀ ਤੇ ਫਿਰਦੇ ਹੋਏ ਮੁੰਡੇ ਸੋਨਾ ਲੀਕਾ ਲੈ ਕੇ ਗੇੜੇ ਦਿੰਦੇ ਗਲੀਆਂ ਚ ਗਰੁੱਪ ਹਟਦਾ ਨੀ ਕਹਿੰਦੇ ਮੰਜੇ ਬਿਸਤਰੇ ਇਕੱਠੇ ਕਰਨੇ ਆ ਢੀਂਡਸੇ ਮੰਜੇ ਬਿਸਤਰੇ ਇਕੱਠੇ ਕਰਨੇ ਬਾਈ ਤੇ ਚੱਲਦੇ ਟਰਾਲੀ ਟੁਰਲੀ ਪਾ ਕੇ ਲਿਆਉਣੇ ਆ ਤੁਸੀਂ ਕਹਿਣਾ ਚਾਹੋਗੇ ਬੱਬਾ ਤੁਸੀਂ ਟਰੈਕਟਰ ਫੁੱਲ ਰਿਸਪੌਂਸ ਦਿੰਦਾ ਠੀਕ ਆ ਬਾਬਾ ਜੀ ਕਿੱਧਰ ਜਾਣਾ ਗੋਨਿਆਣੇ ਦੀ ਧਰਤੀ ਤੇ ਫਿਰਦੇ ਆ ਮੁੰਡੇ ਪਾੜਦੇ ਹਾਂਜੀ ਕਰਤਾ ਮੁੰਡਿਆਂ ਨੇ ਸ਼ੁਰੂ ਮੰਜੇ ਬਿਸਤਰੇ ਇਕੱਠੇ ਕਰਨ ਦਾ ਪ੍ਰੋਗਰਾਮ ਹਰਮਨਾਈਲ ਟਰੈਕਟਰ 'ਤੇ ਆਪਾਂ ਰੱਖੇ ਟਰਾਲੀ ਮਗਰ ਲੱਗ ਰਹੇ ਨੇ ਮੁੰਡੇ ਮੰਜੇ ਬਿਸਤਰੇ ਇਕੱਠੇ ਕਰਨ ਮੰਗੀ ਜਾਂਦੇ ਕੀ ਕਰ ਦਿਓ ਮੰਗ 'ਤੇ ਬਣੇ ਦੋ ਤਿੰਨ ਬੰਦੇ ਮੇਨ ਬਣਦੇ ਆ ਘਰੇ ਬਿਠਾਇਆ ਪਿਆ ਪਾਈ ਆ ਮੇਰਾ ਉਹ ਮੇਨ ਬਣਦਾ ਸੀ ਮੁੰਡੇ ਘਰੇ ਜਾਂਦੇ ਆ ਮੰਜੇ ਬਿਸਤਰੇ ਇਕੱਠੇ ਮਿਲਦੇ ਹਾਂ ਤੁਹਾਨੂੰ ਅੱਗੇ ਅੱਗੇ ਦਿਖਾਵਾਂਗੇ ਸਾਰਾ ਪ੍ਰੋਸੈਸ ਨਾਲ ਆਹ ਮੇਰਾ ਹੈਲਪਰ ਨਾਲ ਬੈਠਾ ਕਿਉਂ ਕਿਵੇਂ ਆ ਓਕੇ ਆ ਓਕੇ ਆ ਜਮਾਂ ਮਿਲਦੇ ਹੀ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਲਓ ਜੀ ਮੁੰਡੇ ਨੇ ਟਰਾਲੀ ਭਰ ਦਿੱਤੀ ਆ ਘਰ ਦੇ ਆ ਕੇ ਜਮਾਂ ਕੋਲੇ ਬਸ ਇੱਕ ਵਾਰ ਕਿਹਾ ਕਰੋ ਚੱਕਣ ਗਿਆ ਮੰਜਾ ਬਿਸਤਰਾ ਅਤੇ ਕਾਰ ਘਰ ਵਾਲੇ ਨੇ ਕੱਢਿਆ ਹਰਮਨ ਵਰਗੇ ਕੈਮ ਹੋਏ ਬੈਠੇ ਟਰਾਲੀ ਭਰ ਲਈ ਮੈਂ ਖੋਲਾ ਟਰਾਲੀ ਜਮਾਂ ਓਕੇ ਆ ਮਿਲਦੇ ਹੀ ਤੁਹਾਨੂੰ ਘਰੇ ਆ ਕੇ ਹਰਮਨ ਵਰਗੇ ਲਈ ਜਾਂਦੇ ਜੀ ਮੰਜੇ ਬਿਸਤਰੇ ਚੱਕ ਚੱਕ ਗੱਭਰੂ ਪੰਜਾਬ ਦੇ ਕਿਉਂ ਕੀ ਕਹਿਣੇ ਆ ਰੰਗਾ ਚਾ ਕੰਮ ਆ ਓਏ ਸਿੱਧੂ ਬਾਈ ਸਿੱਧੂ ਬਾਈ ਦੇਖੋ ਜੀ ਦੁਬਾਰੇ ਇੱਕ ਟਰਾਲੀ ਲਾਇਆ ਮੁੰਡੇ ਇੱਕ ਦੁਬਾਰੇ ਭਰਨਾ ਵੀ ਹੁਣ ਮਿਲਦੇ ਤੁਹਾਨੂੰ ਅੱਗੇ ਅੱਗੇ ਦਿਖਾਵਾਂਗੇ
ਹਾਂਜੀ ਹੁਣ ਆਪਾਂ ਬਰਾੜ ਵਰਗਿਆਂ ਕੋਲੋਂ ਗੱਡੀ ਚੱਕ ਲਈ ਸੀਗੀ ਜਿਵੇਂ ਤੁਹਾਨੂੰ ਪਤਾ ਸੀ ਟਰੈਕਟਰ ਤਾਂ ਆਪਾਂ ਪਹਿਲਾਂ ਛੱਡ ਗਏ ਸੀਗੇ ਹਰਮਨ ਟਰੈਕਟਰ ਲੈ ਕੇ ਆਇਆ ਸੀਗਾ ਅਤੇ ਹੁਣ ਅਸੀਂ ਤਿੰਨਾਂ ਨੇ ਗੱਡੀ ਚੱਕ ਕੇ ਹੁਣ ਅਸੀਂ ਇੰਡੀਆ ਵੱਲ ਨੂੰ ਤੁਰ ਪਏ ਅਤੇ ਉੱਥੋਂ ਕੱਪੜੇ ਕੁੱਪੜੇ ਚੱਕਣੇ ਸੀਗੇ ਕੱਪੜੇ ਕੁੱਪੜੇ ਲੈ ਕੇ ਨੇ ਕਿਉਂਕਿ ਪਹਿਲਾਂ ਆ ਗਏ ਸੀਗੇ ਚੱਲ ਥੋੜ੍ਹੇ ਦਿਨ ਕੰਮ ਕਾਰ ਕਰਾਉਣ ਵਾਸਤੇ ਲੋਟ ਹੀ ਨਹੀਂ ਆਉਂਦੇ ਕੱਪੜੇ ਅਤੇ ਬਾਕੀ ਟਰੈਕਟਰ 'ਤੇ ਲੋਟ ਵੀ ਨਹੀਂ ਆਉਂਦੇ ਸੀ ਬਾਕੀ ਕੋਟ ਪੈਂਟ ਵਗੈਰਾ ਡਰਾਈ ਕਲੀਨ ਕਰਾਉਣੇ ਦਿੱਤੇ ਹੋਏ ਸੀਗੇ ਤਾਂ ਕਰਕੇ ਹੁਣ ਜਾਂਦੇ ਹਾਂ ਪਿੰਡ ਅਸੀਂ ਪਿੰਡ ਜਾ ਕੇ ਤੁਹਾਨੂੰ ਮਿਲਦੇ ਹਾਂ ਬਰਾੜ ਵਰਗੇ ਘਰੇ ਹੈ ਨਹੀਂ ਸੀਗੇ ਉਹਨਾਂ ਨਾਲ ਗੱਲਬਾਤ ਕਰਕੇ ਮਾਤਾ ਵਰਗਿਆਂ ਨਾਲ ਹੁਣ ਅਸੀਂ ਤੁਰ ਪਏ ਘਰੋਂ ਮੁੰਡੇ ਬੈਠੇ ਸਨ ਰੂਫ ਵਾਲੀ ਚ ਹੁਣ ਸਨ ਰੂਫ ਵਾਲੀ ਕਰਤੀ ਹੰਡਾਏ ਦੀ ਧਰਤੀ ਨੂੰ ਸਿੱਧੀ ਜਮਾ ਮਿਲਦੇ ਹਾਂ ਤੁਹਾਨੂੰ ਜਾ ਕੇ ਮੈਕੜੀ ਚ ਹਾਂਜੀ ਆਪਾਂ ਆ ਗਏ ਸੀਗੇ ਬਰਾੜ ਬਾਈ ਕੇ ਘਰੇ ਫੇਰ ਮੁੰਡੇ ਡੈਕ ਸੜਤਾ ਹੁਣ ਸਾਰਾ ਬੈਠੇ ਆ ਗੱਭਰੂ ਕੀ ਕਹਿਣਾ ਜੀ ਤੁਹਾਡੇ ਸਿਰਾ ਜਮਾ ਤਾਂ ਤਾਂ ਹੋਈ ਪਈ ਆ ਸਿਰਾ ਐਪੀ ਵਰਗੇ ਖੜੇ ਆ ਬਾਈ ਇੱਧਰ ਬੰਦ ਹੀ ਕਰਤਾ ਯਾਰ ਇਹਨਾਂ ਨੇ ਤਾਂ ਦਿਖਾਉਣੇ ਤੁਹਾਨੂੰ ਅੱਗੇ ਅੱਗੇ ਹਾਂਜੀ ਬਾਬੇ ਉਹ ਰਾਤ ਨਾ ਮਾੜੀ ਜਿਹੀ ਸਟੈਂਡਰਡ ਦੇ ਡੈੱਕ 'ਚ ਪ੍ਰੋਬਲਮ ਆ ਗਈ ਸੀ ਅਤੇ ਸੁਬਾਹ ਦੇ ਅਸੀਂ 6 ਵਜੇ ਤੁਰ ਪਏ ਸੀ ਗੋਨਿਆਂ ਨੇ ਤੋਂ ਅਤੇ ਦਿਖਾਉਣ ਆਏ ਸੀ ਬਸ ਉਹ ਐਂਪ 'ਚ ਮਾੜਾ ਜਿਹਾ ਨੁਕਸ ਜਿਹਾ ਆ ਗਿਆ ਸੀ ਉਹ ਕਰਕੇ ਤਾਂ ਕਰਕੇ ਅਤੇ ਦਿਖਾਉਣ ਆਏ ਸੀ ਅਤੇ ਦੂਜੇ ਟਰੈਕਟਰ ਉੱਥੇ ਉਹਨਾਂ ਨੇ ਧਵਾ ਤੇ ਬੋਬੀ ਉਹਨਾਂ ਨੇ ਅਤੇ ਚੱਲ ਕੇ ਤੁਹਾਨੂੰ ਦਿਖਾਉਣੇ ਫੁੱਲ ਫੁੱਲ ਲਾਉਣ ਵਾਲਾ ਵੀ ਆਊ ਜੇ ਦੇਖਦੇ ਜੇ ਟਾਈਮ ਰਹਿ ਗਿਆ ਤਾਂ ਨਾਨਕਿਆਂ ਵੀ ਲਾਉਂਦਾ ਵੀ ਦਿਖਾਵਾਂਗੇ ਜੇ ਥੋੜ੍ਹੇ ਲੇਟ ਹੋ ਗਏ ਫਿਰ ਕੁਛ ਕਹਿ ਨਹੀਂ ਸਕਦੇ ਅਤੇ ਬਸ ਡੈੱਕ ਕਰੀ ਜਾਂਦੇ ਆ ਬਾਈ ਉਦੋਂ ਦੇ ਲੱਗੇ ਹਾਂਜੀ ਬਾਬੇ ਉਹ ਡੈੱਕ ਡੁੱਕ ਲੋਟ ਕਰਾ ਲਏ ਸੀ ਅਤੇ ਇੱਕ ਆਹ ਟਰੈਕਟਰ ਖੜ੍ਹੇ ਆ ਹਾਂਜੀ ਬਾਬੇ ਟਰੈਕਟਰ ਤਿਆਰ ਕਰਨ ਦਾ ਚੱਲ ਪਿਆ ਕੰਮ ਦੇਖੀ ਹੋਣੀ ਇੱਧਰ ਲੈ ਸੀਲਿੰਗ ਕਰਨ ਲੱਗ ਗਏ ਅਤੇ ਤੁਹਾਨੂੰ ਦਿਖਾਉਣੇ ਤਿਆਰ ਤੂਰ ਹੋ ਕੇ ਮਿਲਦਾ ਤਾਂ ਸੁੱਤੇ ਹੱਥੀ ਉੱਠੇ ਆ ਅਤੇ ਆਹ ਗੱਡੀ 'ਤੇ ਵੀ ਲਵਾਉਣੇ ਆਪਣੇ ਲਈ 820 'ਤੇ ਘੇਰਾ ਹੋ ਜਾਣ ਤਾਂ ਤਿਆਰ ਤੂਰ ਫਿਰ ਮੀਂਹ ਪੈ ਗਿਆ ਥੋੜ੍ਹਾ ਜਿਹਾ ਮੌਸਮ ਫਿਰ ਵੀ ਖਰਾਬ ਹੀ ਲੱਗਦਾ ਕੀ ਬਣਦਾ ਦੇਖਦੇ ਹਾਂ